अगर त भ्रा या मामा या चाचा या ताया या बड़ा भ्रा गलती बार चला गया तो उसने पर नसार ना करो उसने, कुछ करो उसने अपने नसीब है त अपने नसीब है कोशिश करो अपना हथ पला कुछ ना कुछ काम काज करने लवो अगर कोई हुनर सीखी किनो अगर कोई फैक्ट्री काम सीखी किनो अगर तुसान, कोई मामा चाचा पापा पैसे भेजना वह कर लो ਬਿਸਮਿਲ੍ਲਾਹਿਰਹਮਾਨਿਰਹੀਮ ਅਸਲਾਮ ਅਲੈਕਮ ਕਿਆ ਹਾਲ ਆ ਠੀਕ ਹੋ ਕਰੀ ਮੇਰੀ ਹੋ ਤੱਕਣੇ ਸੁਣਨੇ ਵਾਲੇ ਸਾਰਿਆਂ ਹੀ ਸਾਡਾ ਬਹੁਤ ਬਹੁਤ ਸਲਾਮ ਤੇ ਮੈਂ ਸੋਨਾ ਮਿਸਬਾਨ ਰਾਜਾ ਫੈਸਲ ਖਾਨ ਤੇ ਤੁਸਾਂ ਸਾਰਾ ਸੱਚ ਟੀਵੀ ਤੇ ਤੱਕਣੇ ਹੋ ਤਸਾਂ ਤੁਸਾਂ ਮਾਰੇ ਇੱਕ ਨਿੱਕਾ ਜਿਹਾ ਪ੍ਰੋਗਰਾਮ ਕੀ ਨਿੱਕਾ ਹੈ ਆ ਇਸ ਨੇ ਵਿੱਚ ਐਂਟਰਟੇਨਮੈਂਟ ਵੀ ਹੈ ਮਜ਼ਾ ਵੀ ਹੈ ਥੋੜੀ ਜਿਹੀ ਸਮਾਰੇ ਮਲਮਾਤ ਵੀ ਹੈ ਤੇ ਪ੍ਰੋਗਰਾਮ ਹੈ ਨਾਮ ਆ ਹੋਰ ਸੁਣਾਓ ਤੇ ਹੋਰ ਸੁਣਾਣੇ ਮਾਰੇ ਹੋ ਤੁਸਾਂ ਕੀ ਬਹੁਤ ਕੁਝ ਸੁਣਾਣੇ ਮਾਰੇ ਹੋ ਬਲਕੇ ਸਾਡੇ ਨਾਲ ਡੰਮੀ ਜਿਹੜਾ ਮਿਊਜ਼ੀਅਮ ਹੈ ਉਸਨੇ ਵਿੱਚ ਵੀ ਕਸਾਂ ਮਹਿਮਾਨ ਅਦਾਕਾਰ ਨੇ ਤੌਰ ਤੇ ਅੱਜ ਸਾਂ ਨਾਲ ਮੌਜੂਦ ਹੈ ਨਦੀਮ ਫਕੀਰ ਸਾਹਿਬ ਤੇ ਯੂਕੇ ਸੋ ਸਮਝੋ ਉਸਾਰੇ ਨਾਲ ਹੋ ਅੱਜ ਪ੍ਰੋਗਰਾਮ ਨਾਲ ਸਾਬਣੇ ਤੇ ਕਰੋਨਾ ਤੋਂ ਬਾਅਦ ਕਿਉਂਕਿ ਯੂਕੇ ਤੋਂ ਬੜੇ ਲੋਕ ਫਲੈਟਾਂ ਖੁੱਲਹੀ ਗੀਆਂ ਪਾਕਿਸਤਾਨ ਹਸਨੇ ਤੇ ਸ਼ਾਦੀਆਂ ਬਿਆਹ ਰਸਾ ਮਾਰਕੀਟਾਂ ਜੀ ਤੱਕਣੇ ਆ ਆਪਣੀ ਤਰਤੀਨੇ ਲੋਕਾਂ ਕੀ ਜਿਹੜੇ ਯੂਰਪ ਵਿੱਚ ਰਹੇ ਨੇ ਉਹ ਜਿਹੜਾ ਪਾਕਿਸਤਾਨ ਹਸਨੇ ਤੇ ਜਿਹੜਾ ਉਹਨਾਂ ਕੀ ਥੋੜੀ ਜੀ ਮੁਸ਼ਕਲ ਪੇਸ਼ ਇਸਨੀ ਆਪਣੇ ਦੁਕਾਨਦਾਰਾਂ ਨਾਲ ਰਿਸ਼ਤੇਦਾਰਾਂ ਨਾਲ ਸ਼ਾਦੀ ਬਿਆਹ ਜਾ ਸ਼ਾਪਿੰਗ ਮਰ ਜਾਣੇ ਹੋਟਲਾਂ ਪਰ ਜਾਣੇ ਗੱਲ ਬਾਤ ਕਰਨੇ ਉਹਨਾਂ ਕਿਉਂਕਿ ਥੋੜੀ ਜਿਹੀ ਆਪਣੀ ਜ਼ੁਬਾਨ ਕੀ ਭੁੱਲੇ ਹੋਣੇ ਤੇ ਕਿਉਂਕਿ ਇੰਗਲੈਂਡ ਰਹੀ ਹੋਣੇ ਉਹ ਕਾਠੇ ਹੀ ਅੰਗਰੇਜ਼ਾਂ ਵਾਲਾ ਸਾਹ ਬੋਣਾ ਤਾਂ ਫਿਰ ਬੋਲੇ ਕਿਸਰਾ ਵੇ ਉਹ ਵੀ ਦਸਤਾਂ ਇੱਥੇ ਉਹ ਜਿਹੜਾ ਫੰਕਸ਼ਨਾਂ ਜਾਣੇ ਤੇ ਫਿਰ ਉਹਨਾਂ ਦੀ ਥੋੜੀ ਜਿਹੀ ਗੱਪਾਂ ਛੱਪਾ ਲਾਣੇ ਤੇ ਇੰਜੋਏ ਵੀ ਲੋ ਕਰਨੇ ਜੀ ਅਸਲਾਮੁਅਲੈਕਮ ਫਕੀਰ ਜੀ ਕੀ ਹਾਲ ਹੈ ਠੀਕ ਹੈ ਹੋ ਵਾਲੇਕਮ ਸਲਾਮ ਤੁਸਾਂ ਬੜਾ ਸ਼ੁਕਰੀਆ ਜਿਹੜਾ ਕਿ ਤੁਸਾਂ ਅੱਜ ਆਪਣੇ ਪ੍ਰੋਗਰਾਮ ਐਵਸਤ ਮਧੂ ਕੀਤਾ ਤੇ ਤੁਸਾਂ ਦਾ ਸਾਰਾ ਸੱਚੀ ਟੀਮ ਨਾਲ ਬਹੁਤ ਬਹੁਤ ਭਲਾਇ ਜਿਹੜਾ ਮਾੜੇ ਨਾਲ ਚੀਜ਼ ਜੇ ਬੰਦੇ ਕੀ ਵੀ ਤੁਸੀਂ ਅੱਜ ਜਨਾਬ ਬੋਲਣ ਦਾ ਮੌਕਾ ਦਿੱਤਾ ਕਿ ਅਸਾਂ ਸਾਰੀ ਜ਼ਿੰਦਗੀ ਪਰਦੇਸਾਂ ਵਿੱਚ ਰਹਨੇ ਆ ਤੇ ਸਾਰੀ ਜ਼ਿੰਦਗੀ ਕੰਮਾਂ ਵਿੱਚ ਹੀ ਗੁਜ਼ਰੀ ਕਿਸਨੀ ਤੇ ਅਸਾਂ ਜਿਹੜਾ ਪਾਕਿਸਤਾਨ ਇਚ ਸੁਨੇਹਾ ਤੇ ਪਾਕਿਸਤਾਨ ਇਚ ਕਿਹੜੇ ਕਿਹੜੇ ਸਾੜੇ ਨਾਲ ਮਸਲੇ ਹੋਣੇ ਉਹ ਵੀ ਅੱਜ ਪਾਸਾਂ ਤੇ ਜਿਹੜੇ ਅਸਾਂ ਉੱਥੂ ਟੁਰਨੇ ਆ ਤਾਂ ਕਿਹੜੇ ਮਸਲੇ ਪਾਸਾਂ ਉਹ ਵੀ ਨਾਲ ਤੁਸੀਂ ਕੀ ਦੱਸਾਂ ਜਿਹੜਾ ਤੁਸੀਂ ਟੁਰਨੇ ਉਹ ਦਸਾਂ ਉਸ ਪਹਿਲਾਂ ਕੁਝ ਕੀ ਤੁਸੀਂ ਫੋਨ ਕਰਨੇ ਹੋ ਭਈ 에ਰਪੋਰਟ ਵਰਕਉਣ ਕੇ ਲੈਣਾ ਸੀ ਤੇ ਸਾਰਾ ਸਾਲ 2 ਸਾਲ ਜਿਹੜੇ ਤੇ ਰਹਿਣੇ ਹੋ ਫਿਰ ਪੈਸੇ ਸੱਸੇ ਵੀ ਤਾਂ ਭੇਜਨੇ ਰਹਿਣੇ ਉਹ ਚੀਜ਼ਾਂ ਵੀ ਭੇਜਨੇ ਰਹਿਣੇ ਹੋਣਾ ਫਿਰ ਰਿਸ਼ਤੇਦਾਰ ਜਲਾੜੀਆਂ ਚਾਹੇ ਟਕਣੇ ਹੋਣੇ ਤੇ ਤੁਸਾਂ ਉਹ ਤੁਰ ਕੇ ਸੋਚਨੇ ਵੀ ਕੀ ਕਰ ਅਸਲ ਰਾਜਾ ਜੀ ਮੈਂ ਤੁਸਾਂ ਹੀ ਬਸ ਬਾਸਾਂ ਕੇ ਮਾੜਾ ਤੇ ਜ਼ਿਆਦਾਤਰ ਆਪਣੇ ਜਿਹੜਾ ਨਾ ਆਪਣੇ ਕਲੋਜ਼ ਮਲੇਰਾਂ ਫੇਰਾਂ ਵਾਲੀ ਤਕਰੀਬਨ ਮਸੇਰਾਂ ਵਾਲੀ ਰਾਪਤੇ ਰਹਿਣੇ ਕਿਉਂਕਿ ਪ੍ਰਾਸ਼ਾ ਸਾਰੇ ਹੀ ਅਸਾਂ ਉੱਥੇ ਇੰਗਲੈਂਡ ਵਿੱਚ ਬੜੇ ਰਜਿਸੂ ਜੇ ਸੈਟਲ ਆ ਤੇ ਲੇਕਿਨ ਅੱਜ ਮੈਂ ਤੁਸਾਂ ਕੀ ਆਪਣੀ ਗੱਲ ਬਾਂ ਕੇ ਮਿਗੀ ਪਿਛਲੇ ਦਿਹਾੜਿਆਂ 'ਚ ਮੈਂ ਫੋਨ ਕੀਤਾ ਤੇ ਮੈਂ ਆਖਿਆ ਕਿ ਮੈਂ ਪਾਕਿਸਤਾਨ ਯੂ ਨੋ ਅਸਨਾ ਪਿਆ ਤੇ ਮੈਂ ਜਿਹਲੇ ਮੈਂ ਪਾਕਿਸਤਾਨ ਅਸਨਾ ਪਿਆ ਤਾਂ ਉਹ ਬੜੇ ਖੁਸ਼ ਹੋਏ ਜਿਸ ਲਈ ਉਹਨਾਂ ਮਾਰੇ ਨਾਲ ਗੱਲ ਕੀਤੀ ਤੇ ਮਿੱਕੀ ਨਾਲ ਲਾਣੇ ਕਿ ਆਪਣੇ ਪਤਰੀਏ ਨਾਲ ਵੀ ਗੱਲ ਕਰੀ ਕਿਨੋ ਮੈਂ ਆਖਿਆ ਗੱਲ ਕਰਾਓ ਮੈਂ ਸ਼ੁਕਰ ਕੀਤਾ ਮੈਂ ਕਿਹਾ ਕਿ ਆਲਾ ਇਮਰਾਨ ਪੁੱਤਰ ਠੀਕ ਹੈ ਆ ਤਾਇਆ ਇਸ ਤਰ੍ਹਾਂ ਆ ਕੇ ਮਾਰੇ ਵਸਤੇ ਤੁਸਾਂ ਦੇ ਲਾ ਨਾ ਮਿਹਰਬਾਨੀ ਕਰਿਆ ਇਹ ਆਈਫੋਨ ਆ ਗਿਆ ਤੇ ਮੈਂ ਸੱਚੀ ਤੁਸਾਂ ਹੀ ਦੱਸਾਂ ਮੈਂ ਮਾਰੀ ਜਨਾਨੀ ਕੋਲ ਬੈਠੀ ਸੀ ਤੇ ਮੈਂ ਕਿਹਾ ਆਈਫੋਨ ਕੋ ਘਾਰ ਤੱਕ ਇਹਨਾਂ ਪਿਆਵਾ ਉਹ ਨਹੀਂ ਕਿਤਨੇ ਵੀ ਤੱਕਿਆ ਤੇ ਕੋ ਨਹੀਂ ਤੇ ਅੱਗੇ ਪਿੱਛੇ ਵੀ ਕੋ ਨਹੀਂ ਤੇ ਮੈਂ ਫਿਰ ਆਖਿਆ ਹੁਣ ਮੈਂ ਚਲੋ ਮਰਕੀ ਚ ਜੁਲਾ ਪਤਾ ਕਰ ਰਹਾ ਉਹ ਤੁ ਭਾਈ ਆਈਫੋਨ ਥਾ ਕਿਤਨੇ ਨੇ ਆ ਤੇ ਫੋਨ ਨੇ ਜਿਹੜਾ ਮੈਂ ਕੀਮਤ ਤਕੀਦ ਮੈਂ ਆਪਣੇ ਜੋ ਵੀ ਹਾਲਤ ਤਕੀ ਤੇ ਮੈਂ ਕਿ ਦਿਲ ਹੀ ਨਹੀਂ ਪਿਆ ਕਰਨਾ ਫੈਸਲਾ ਕੀਤਾ ਕਿ ਮੈਂ ਪਾਕਿਸਤਾਨ ਕੇ ਜਿਸ ਪਤਰੀ ਇਹ ਆਖਿਆ ਫੋਨ ਆਣੇ ਉਸ ਪਤਰੀ ਇਹ ਕਿ ਤਕਿਆ ਵੀ ਸੀ ਇਹ ਪਹਿਲੇ ਇਹ ਵਾਲੀ ਫੋਨ ਹੈ ਅਬ ਗੱਲ ਚੱਲੋ ਚਲ ਤੁਸੀਂ ਬਾਣਾ ਮੈਂ ਇਸ ਕਰੋਨਾ ਦੀ وجہ ਨਾਲ ਜਿਹੜਾ ਨਾ ਅਸਾਂ ਬੋਈ ਤੇ ਮੰਦੇ ਪਈ ਗਿਆ ਕਮਾਂ ਨੇ ਹਾਲਾਤ ਠੀਕ ਨਹੀਂ ਫੈਕਟਰੀਆਂ ਸੀਆਂ ਬੰਦ ਹੋਈਆਂ ਕਮਾਂ ਕਾਜ ਨੇ ਹਾਲਾਤ ਕੋ ਨਹੀਂ ਰਹਾ ਜੀ ਤੇ ਸਾੜੀ ਹੀ ਟੁੱਲੋ ਬਣਿਵੀਏ ਟੋਰ ਬਣਿਵੀਏ ਦੂਰ ਉਸਾ ਕੀ ਜਿਹੜਾ ਵੀ ਤਖਣਾਏ ਸੱਚੀ ਬਾਤ ਉਸਾ ਕੀ ਪੂਰਾ ਸਾਲ ਅਸਾਂ ਇੰਤਜ਼ਾਰ ਕਰਨੇ ਆ ਤੇ ਅਕਸ ਨਾਲ ਲਗਸਨ ਤਾਂ ਉਥੂ ਕੋਈ ਤ੍ਰਿਤੀਆਰ ਸੰਟਾਂ ਕੇ ਸੰਤਾਂ ਇਹ ਲੋਕ ਤੇ ਪਰਫਿਊਮ ਆਖ ਲੈਣਾ ਤਾਂ ਅਸਾਂ ਹਲੇ ਵੀ ਉਸ ਕੀ ਸੰਟਾਂ ਆਖਣਿਆ ਉਥੂ ਸੰਟਾਂ ਕਿ ਨਿਆ तो फिर नमें कपड़िया पर पहली गलत जहाजा च पैने एक बार मारने फिर राय तुर्की पौचने फिर मारने फिर जल्द इस्लामाबाद लैने ले ना जो स्यार हो जाओ हम सख्ती अगर आई तो फिर असा मारने परफ्यूम तो बहर जल निकलने तो अपनी सारी आने ना इतने खुचोड़े इतने खुचोड़े कि पापे खुशबू है ना इतनी खुशबोस नहीं लेकिन पापे कितने नहीं किसी पापेगी पता ਤਾਂ ਫਕੀਰ ਜੀ ਜਿਲੇ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕਰਨੇ ਆ ਪੇ ਪਾਕਿਸਤਾਨ ਅਸਨੇ ਤੁਸੀਂ ਸਾਰੇ ਤੇ ਤੁਸੀਂ ਦੱਸੋ ਤੁਸੀਂ ਨਾ ਕਿ ਇੱਥੇ ਜੰਮੇ ਪਲੇ ਹੋ ਜਾਂ ਜਵਾਨ ਹੋਏ ਹੋ ਤੇ ਇੰਗਲੈਂਡ ਗਏ ਹੋ ਜਿਹੜੇ ਉੱਥੇ ਨੇ ਬੌਰ ਨੇ ਨਿਊ ਬੌਰਨ ਜਿਨ੍ਹਾਂ ਕੀ ਆਖਣੇ ਬ੍ਰਿਟਿਸ਼ ਤੇ ਉਹ ਜਿਹੜੇ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਹੀ ਅਸਨੇ ਤੇ ਤੁਸੀਂ ਤੱਕੋ ਉਹ ਜਿਹੜੇ ਇੱਥੇ ਅਸਨੇ ਉਹ ਘਰਾਂ ਵੀ ਤੇ ਤੁਸੀਂ ਪਠਵਾਰੀ ਬੋਲੀ ਕਿੰਨੇ ਹੁੰਦਾ ਹੈ ਪਾਕਿਸਤਾਨ ਅਸਨੇ ਹੋ ਤਾਂ ਫਿਰ ਥੋੜੀ ਇੰਗਲਿਸ਼ ਤੇ ਪਠਵਾਰੀ ਮਿਕਸ ਕਰਨੇ ਤੇ ਯੂ ਨੋ ਫਿਰ ਉਹ ਜਿਹੜੀ ਟਰਬਲ ਉਹਨਾਂ ਕੀ ਹੋਣੀ ਤੇ ਬੋਲਣ ਚੱਲੇ ਦੁਕੰਦਾਰਾਂ ਨਾਲ ਉਹ ਫਿਰ ਜ਼ਰਾ ਉਹਨਾਂ ਕੀ ਪ੍ਰੋਬਲਮ ਹੋਣੀ ਕਿਸ ਤਰ੍ਹਾਂ ਫੇਸ ਕਰਨੇ ਉਹ ਜ਼ਰਾ ਦੱਸੋ ਬੜੀ ਸੁਣੀ ਗੱਲ ਤੁਮਾਂਕੀ ਤੀ ਰਾਜਾ ਫਾਸਲ ਜੀ ਅਸਲ ਮੈਂ ਤੁਸੀਂ ਬਾਣਾ ਮਾੜੇ ਜਿਤਨੀ ਵੀ ਲੋਡੇ ਤੇ ਲੋਂਡੀਆਂ ਨਾ ਉੱਥੇ ਜਿਹੜੀਆਂ ਉਹ ਸਾਰੀਆਂ ਯਕੀਨ ਕਰੋ ਸਭ ਕੁਝ ਸਮਝ ਨਹੀਂ ਆ क्या मतलब है जो ना मकसद ना मतलब होना ना वो बिल्कुल वो समझी कसनिया हाँ उन्हें की वो मकसद जो गल नहीं है समझ नसनी जी उन्होंने खिलाफ बह जित फैसल भाई गल पाना बिल्कुल ही अस पाकिस्तान ही है अनपढ़ पाकिस्तान ही चुके हैं सारे नहीं कुछ ज्यादा जो इला अट्ठ पढ़िया वा तो दस पढ़े हुआ लेकिन उन्होंने परते कजन इसलें हुई कसने के इंग्लैंड इंगलैंड चले गसने जी जी है असा वलैत पुत्र भेजी छोड़ा या धी वलैत भेजी छोड़ी उसे पुत्र होना मैं तुसा की दसा कि सी बडे नाल ही रहनी सी उ बिल्कुल सर दुए एक डोर छोड़ी के था। दुए डोर की तो उसकी तुसा तदू वापस जा सौ तो बिल्कुल पाकिस्तान पाकिस्तानी जितने बकरिया होने से मी आने से मंडे की वापस चली जा सकता मंडे माशला, मंडे डंडे तुसा की पता ले गए मकसद आखने का सिर्फ यह है कि मैं आखना ਜਾਕਤ ਸੜੇ ਸਾਰਾ ਕੁਝ ਸਮਝਨੇ ਨੇ ਸਿਰਫ ਇਹ ਕਿ ਉਹ ਇੰਗਲੈਂਡ ਨਾ ਉਹ ਇੱਥਾ ਵੀ ਤਾਲੀਮ ਵਾ ਵਾ ਹਾਸਲ ਕਰਨੇ ਥੋੜੀ ਜੀ ਤਾਲੀਮ ਹੋੜੀ ਨੇ ਲੇਕਿਨ ਉਹਨਾਂ ਕੀ ਗੱਲਾਂ ਸੜੀਆਂ ਨਹੀਂ ਸਮਝਸਤੀਆਂ ਜਿਵੇਂ ਉਹਨਾਂ ਕੀ ਕੋ ਗੱਲ ਮਤਲਬ ਨਹੀਂ ਵਾ ਪਤਾ ਵਾ ਕਿ ਬਾਬਾ ਨਹੀਂ ਯਾਤਾ ਨਹੀਂ ਯਾ ਚਾਚੇ ਨਹੀਂ ਇਸ ਜਗ੍ਹਾ ਕੋਠੀ ਹੈ ਬੈਠਕ ਹੈ ਫਲਾਨੀ ਜਗ੍ਹਾ ਉੱਥਾ ਯੂ نو ਪੂਰੀ ਗੱਲ ਆਪੇ ਸਮਝਾਈ ਸਕੇ ਫਕੀਰ ਜੀ ਅਸਾਂ ਇਹ ਤਕਿਆ ਅਸਾਂ ਬਾਜ਼ਾਰਾਂ ਵਿੱਚ ਜਿਲੇ ਗਸਨੇ ਦੁਕਾਨਦਾਰਾਂ ਕੋਲ ਚੀਜ਼ ਕਿੰਨੇ ਤੇ ਇਸ ਲੰਘੀ ਚੀਜ਼ ਪਸੰਦ ਕਰੀ ਕਿਨੇ ਤੇ ਫਿਰ ਦੁਗੰਧਾਰ ਕੋਈ ਨੰਗੀ ਪੈਸੇ ਨਹੀਂ ਆਖਣਾ ਤਾਂ ਇਹ ਕਿਆ ਬਾਣੀਓ ਕਿਆ ਬਾਣੀਓ ਟੂ ਮੱਚ ਟੂ ਮੱਚ ਉਹ ਉਹ ਫਿਰ ਸਮਝਾਣਿਆ ਨੇ ਟੂ ਮੱਚ ਇਹ ਥੋੜੇ ਉੱਥਾ ਇਤਨੇ ਨਹੀਂ ਮਿਲਨੀ ਸੀ ਅਸਲ ਸਮਝਾਣੇ ਅਸਲ ਰਾਜ ਦੀ ਅਸਲ ਉਹਨਾਂ ਕੀ ਉਥਾ ਨਹੀਂ ਆਦਤ ਪਈ ਹੋਣੀ ਨਾ ਹਾਉ ਮੱਚ ਤੇ ਇੱਥੇ ਟੂ ਮੱਚ ਇਸ ਵਜ੍ਹਾ ਨਾਲ ਆਖਣ ਨਹੀਂ ਪੈਣਾ ਕਿ ਅਗਲਾ ਬੰਦਾ ਪ੍ਰੈਸ਼ਰ ਹੀ ਚੱਤਿਆ ਤਾਂ ਸਾਢੇ ਕਿਸਰਾ ਤੇ ਚੀਜ਼ ਚਾਹੀਦਾ ਤਾਂ ਹੁਣ ਗੱਲਾਂ ਕਰੋਨਾ ਦੀ ਵਜ੍ਹਾ ਨਾਲ ਲੁਕੂ ਨਹੀਂ ਰਹੀਆਂ ਮੈਂ ਤੁਸਾਂ ਕੀ ਗੱਲ ਸੱਚੀ ਤੇ ਸੂਚੀ ਬਾਣਾ ਪਿਆ ਅਮੇਜੇ ਦੀ ਤੁਸਾਂ ਕੀ ਗੱਲ ਬਾਈ ਨਾ ਗੇ ਰਿਪੋਰਟ ਪਰ ਮਾੜੇ ਚਲੇ ਰਿਪੋਰਟ ਪਰ ਮੈਂ ਜਲੇ ਬਾਹਰ ਤੱਕਿਆ ਤਾਂ ਬਹੁਤ ਬੜਾ ਮਜਮਾ ਸਾ ਤੇ ਮੈਂ ਜਲੇ ਤੱਕਿਆ ਮਾੜੇ ਕਿ ਇਧਰੂ ਵੀ ਜੱਫੇ ਇਧਰੂ ਵੀ ਜੱਫੇ ਇਧਰੂ ਵੀ ਜੱਫੇ ਤੇ ਕੋਈ ਕੰਨੇ ਚ ਗੱਲ ਪਾਇਆ ਤੇ ਕੋਈ ਕੇ ਆਖਿਆ ਤੇ ਕੋਈ ਕਹਿ ਦੇ ਮੈਂ ਕਿ ਕੁਝ ਛੱਪੇ ਛੇੜੇ ਸਨ ਕਿਉਂਕਿ ਪਤਾ ਹੈ ਤੁਸਾਂ ਕਿ ਪਤਾ ਨਹੀਂ ਬਿਗੀ ਨਹੀਂ ਪਤਾ ਕਿ ਪਰਦੇਸਾਂ ਦਾ ਸਫਰ ਕੀਤਾ ਕਿ ਨੀਜੀ ਨਾਲ ਭਰਾ ਸਾੜਾ ਜਾਂ ਭੈਣਾ ਸਫਰ ਕਰਨੀਆਂ ਨੇ ਯੂਕੇ ਦੀਆਂ ਤਾਂ ਤੁਸੀਂ ਪਤਾ ਜਹਾਜ਼ ਲੈਣਾ ਤੇ ਠਸ ਕਰਨਾ ਉੱਥੇ ਸਾਰੇ ਦਿਮਾਗੇ ਤੱਕ ਪਤਾ ਨਹੀਂ 2 ਹਫਤੇ ਤੇ 3 ਹਫਤੇ ਤੱਕ ਰਹਿਣੀ ਜਿੱਲੇ ਸਾਰੇ ਚੱਪੇ ਲੈਣੇ ਤੇ ਫਿਰ ਸਾਰੇ ਚੱਪੇ ਨਵੇਂ ਸ਼ੁਰੂ ਹੋਈ ਜਾਣੇ ਵਾਪਸ ਆ ਜਾਣ ਜੁਲਣਾ ਤੇ ਜਿੱਲੇ ਮਹੀਨੇ ਬਾਅਦ ਅਸਾਂ ਜਾਣੇ ਯਕੀਨ ਕਰੋ ਜਿਹੜਾ ਮਹੀਨਾ ਇੱਥੇ ਪਾਕਿਸਤਾਨੀ ਸਾਰੇ ਚੱਪੇ ਲਾਣੇ ਫਿਰ ਉੱਥੇ ਜਿੱਲੇ ਜਾਣੇ ਤੇ ਫਿਰ ਉੱਥੇ ਵੀ ਬਈ ਕਿਸ ਵਾਲੀ ਕਿਥੋਂ ਚੱਪੇ ਝਾਲਨੇ ਵੀਰ ਜੀ ਬੜੀਆਂ ਸੱਚੀਆਂ ਦਸੂਣੀਆਂ ਕਰੀਆਂ ਦੀਆਂ ਗੱਲਾਂ ਕਰਨੇ ਹੋਵੇ ਤੇ ਇਹ ਦੱਸੋ ਜਿਸ ਲੈ ਬ੍ਰਿਟਿਸ਼ ਕੁੜੀ ਨਾਲ ਰਿਸ਼ਤਾ ਪਾਕਿਸਤਾਨ ਆਪਣੇ ਕੋਸਾ ਮਾਵੇਂ ਨੇ ਪੁੱਤਰਿਆਂ ਨਾਲ ਚਾਚੇ ਨੇ ਪੁੱਤਰਿਆਂ ਨਾਲ ਮੈਟਰਿਕ ਜਿਹੜਾ ਫੇਲ ਹੋਣਾ ਉਸਨੇ ਨਾ ਲੋਣਾ ਤੇ ਫਿਰ ਜਿਹੜਾ ਕੁੜੀ ਪੁੱਛਣੀ ਆ ਆਪਣੀ ਮਾਮਾ ਕੋਲੋਂ ਕਿ ਮਾਮਾ ਲੜਕਾ ਕੀ ਹੈ ਜਾਵੇ ਠੀਕ ਹੈ ਉਹ ਜਿਹੜਾ ਉਹ ਰਿਸ਼ਤੇ ਦੀਆਂ ਗੱਲਾਂ ਚੱਲੀਆਂ ਤੇ ਫਿਰ ਰੋਲੇ ਰੱਪੇ ਵੀ ਬਣਨੇ ਤੇ ਉਹ ਫਿਰ ਇਹ ਚੀਜ਼ਾਂ ਕਿਸ ਤਰ੍ਹਾਂ ਹੈਂਡਲ ਹੋਣੀਆਂ ਉਹ ਤੇ ਜ਼ਰਾ ਦੱਸੋ ਬਹੁਤ ਸੂਰੀ ਗੱਲ ਬਹੁਤ ਸੂਰੀ ਗੱਲ ਤੁਸੀਂ ਸਾਰਾ ਜਿਵੇਂ ਕੀਤੀ ਅੱਜ ਮਾਰੇ ਜਿਹੜੀ ਗੱਲ ਤੁਸੀਂ ਕੀਤੀ ਮੈਂ ਤੁਸਾਂ ਕੀ ਇੱਕ ਗੱਲ ਤੁਸੀਂ ਨੇ ਇਸ ਪਲੇਟਫਾਰਮ ਸਾਰਾ ਸੱਚ ਤੋ ਉਨਾਂ ਪਹਿਣਾ ਤਾਂ ਪ੍ਰਾਂ ਤੱਕ ਹੋਰ ਉਹਨਾ ਅਸੀਂ ਜ਼ਕਰoft ਪਛਾਣੇ ਦੀ ਕੋਸ਼ਿਸ਼ ਜ਼ਰੂਰ ਆਪਣੇ ਤਰਫੋਂ ਕਰਸਾਂ ਕਿ ਬਰਾਏ ਮਿਹਰਬਾਨੀ ਬਰਾਏ ਮਿਹਰਬਾਨੀ ਜ਼ੁਲਮ ਨਾ ਕਰੋ ਆਪਣੀ ਔਲਾਦੀ ਨਾਲ ਅਗਰ ਇੱਕ ਬੇਟੀ ਜਿਸ ਬੇਟੀ ਕੀ ਤੁਸਾਂ ਨੇ ਇਨਫਿਲ ਕਰਾਇਆ ਪਾਕਿਸਤਾਨ ਜਰਮਨੀ ਸਪੈਨ ਇਟਲੀ ਨਾਰਵੇ ਇੰਗਲੈਂਡ ਦੁਨੀਆ ਦੇ ਕਿਸੇ ਕੋਨੇ ਜ ਉਹ ਬੱਚਾ ਜਿਸ ਬੱਚੇ تعلیم ਹੀ ਕੋ ਨਹੀਂ ਤੁਸਾਂ ਉਸ ਪੜਿ ਲਿਖੀ ਔਰ ਅਨਪੜ੍ਹ ਬੱਚੇ ਨਾਲ ਮੈਚ ਕਰਾਣੇ ਹੋ ਤੇ ਸਭ ਤੋਂ ਵੱਡਾ ਜ਼ੁਲਮ ਕਰਨੇ ਹੋ ਕਿ ਜਿਸ ਲੈ ਬੱਚੇ ਨਾਲ ਔਰ ਬੱਚੀ ਨਾਲ ਮੁਕਾਬਲਾ ਹੀ ਨਹੀਂ تعلیم ਨਾਲ ਤੇ ਉਸ ਬੱਚੇ ਕੀ ਫਿਰ ਤੁਸਾਂ ਬਾਦਿ ਗਲੇਸ਼ਿਕ ਵੇ ਕਰਨੇ ਹੋ ਯੂ نو ਆਖਣੇ ਹੋ ਕਿ ਉਹ ਇਹ ਸਾੜੇ ਇਤਮਾਦ ਅਪਰ ਪੂਰਾ ਨਹੀਂ ਉਤਰੀ ਸਕਿਆ ਇਤੇ ਤੱਕੋ ਕਿ ਵਕਤੀ ਤੁਸਾਂ ਕੀ ਉਸਨੀ ਜਵਾਨੀ ਖਬਸੂਰਤ ਲਗਣੀ ਲੇਕਿਨ ਤੁਸਾਂ ਇਹ ਤੱਕੋ ਕਿ ਉਹ ਜਵਾਨ ਕਮਾਈ ਕਰਨਾ ਲੇਕਿਨ ਜਿਸ ਲੈ ਆਪਣੀ बड़ा पेली उम्र च जाना तो उसकी बुरा फिर ने हो इतना सोचो कि बुरा भला किस तरह बनया जिले जल्बे जवान सा तुसा सस कमाई करना सा तुसा वास टैक्सी पाना सा तुसा तो फैक्ट्री चम करना सा तुसा वास सारी मेहनत मशक्कत में करना सा उलैस ठीक सा तो जिसलै बीमार हो गया तो तुसा वास पागल बनी गसना तो फीस भी लेला कोशिश करो उसकी पहले भी तुसा और रिश्ता ना दे ਉਸਨੀ ਵੀ ਜ਼ਿੰਦਗੀ ਨਾ ਬਰਬਾਦ ਕਰੋ ਤਾਂ ਉਸਨੇ ਬੱਚਿਆ ਨਹੀਂ ਵੀ ਜ਼ਿੰਦਗੀ ਨਾ ਬਰਬਾਦ ਕਰੋ ਮੈਂ ਰਾਜਾ ਫੈਸਲ ਮੈਂ ਸ਼ੁਕਰੀਆ ਅਦਾ ਕਰਨਾ ਕਿ ਜਿਸ ਬੰਦੇ ਅੱਜ ਮੇਕੀ ਇਥੇ ਮੌਕਾ ਦਿੱਤਾ ਬੋਲ ਲੈਣਾ ਮੈਂ ਤੁਸਾਂ ਜੀ ਵਟੇਰ ਜੀ ਹੋਰ ਜ਼ਰਾ ਗੱਲ ਦੋਸਾ ਨਾਲ ਤੇ ਪ੍ਰੋਗਰਾਮ ਹੈ ਨਾ ਜੋ ਕਿ ਨਾਜ਼ਰੀਨ ਨਾ ਸਾੜਾ ਹੋਰ ਸੁਣਾਓ ਤੇ ਹੁਣ ਅਸਾ ਤੁਸਾਂ ਜੀ ਜ਼ਰੂਰ ਦਿਲ ਕਰਨਾ ਉਸੀ ਕਿ ਹੋਰ ਸੁਣਾਓ ਤੇ ਇੱਕ ਗੱਲ ਹੋਰ ਕੁਸਾਂ ਭਾਈ ਜਿਲੇ ਇੰਗਲੈਂਡ ਨੂੰ ਤੁਸਾਂ ਰੁਪਿਆ 10 2000 ਰੁਪਏ ਜਨੇ ਪਾਕਿਸਤਾਨੀ ਪੈਣੋ ਜਾਂ ਪਰੋਗੀ ਤੇ ਫਿਰ ਪੂਰਾ ਮਹੀਨਾ ਤੁਸਾਂ ਦਾ ਦਿਲ ਬਣਾ ਤਰੀ ਦਿਹਾੜੇ ਵੀ 300 ਵਾਰੀ ਫੋਨ ਕਰਾ ਤੇ ਹਰ ਵਾਰੀ ਜੀ ਲੈ ਬਿੱਲ ਮਾਰਾਂ ਤੇ ਯੈਸ ਕਰੇ ਤੇ ਫਿਰ ਇਹ ਤੁਸੰਗੀ ਹੋਰ ਸੁਨਾਇ ਕੁਥੋਂ ਸੁਨਾਇ ਹੋਰ ਤੇ ਥੋੜੀਆਂ ਪਰੇਸ਼ਾਨੀਆਂ ਪਾਕਿਸਤਾਨ ਦੀਆਂ ਹੋਣੀਆਂ ਇਹ ਹੋਰ ਸੁਨਾਓ ਵਾਲੀ ਫਿਲਮ ਕੀ ਇਤਨੀ ਚੱਲਨੀ ਅੱਛੇ ਮੀਗੀ ਜ਼ਰਾ ਬਾਓ ਅਸਲ ਰਾਜਾ ਫੈਸਲ ਜੀ ਅਸਾਂ ਨੇ ਕੁ ਜਰਮਾਨਾ ਨੇ ਅਰਮਾਨੇ ਹੋਣੇ ਕਿ ਅਸਾਂ ਤੁਹ ਕਾਟ ਕੇ ਨਿਆ 5 ਰੁਪਏ ਦਾ ਟਾਪ ਅਪ ਕਰਾਨੇ ਆ ਤੇ ਉਹ ਸਾਰੇ ਕੀ ਇਤਨੇ ਮਿੰਟ ਫਾਲਤੂ ਦੇਨੇ ਤੇ ਅਸਾਂ ਸੋਚਨੇ ਆ ਕਿ ਕਿਹੜਾ ਬੰਦਾ ਪਾਕਿਸਤਾਨ ਵਿੱਚ ਇਸਲੇ ਬਿਲਾ ਬੈਠਾ ਹੋ ਸੀ कि जी गल गुजसी असं जिस गल बुझाने आ, उसकी सारिया गलना अस उसकी पैसे तो दे जरूर देने आ, लेकिन उसकी एक पैसे के उसनी तजलील जड़ी करने जकीन करो उसनी नस्ल भी याद करनी एक दूसरा मैं पाकिस्तानी भैन भ्रा की जरूर आख स अगर तुसा ना भ्रा या मावा या, या ताया या भला भ्रा गलती बार चला गया तो तुम उसने पर अनासार ना करो ਉਸ ਨੇ ਕੁਝ ਕਰੋ ਉਸ ਨੇ ਆਪਣੇ ਨਸੀਬੇ ਤੇ ਤੁਸੀਂ ਨੇ ਆਪਣੇ ਨਸੀਬੇ ਤੁਸੀਂ ਕੋਸ਼ਿਸ਼ ਕਰੋ ਆਪਣਾ ਹੱਥ ਪਲਾ ਕੁਝ ਨਾ ਕੁਝ ਕੰਮ ਕਾਜ ਕਰਨੇ ਲਵੋ ਅਗਰ ਕੋਈ ਨਾ ਚੀਕੀ ਕਿਨੋ ਅਗਰ ਤੁਸੀਂ ਕੋਈ ਫੈਕਟਰੀ ਚ ਕੰਮ ਸਿੱਖੀ ਕਿਨੋ ਅਗਰ ਤੁਸੀਂ ਆ ਤੁਸੀਂ ਨਾ ਕੋਈ ਮਾਵਾ ਚਾਚਾ ਪਾਪਾ ਪੈਸੇ ਭੇਜਣਾ ਉਹ ਤੁਸੀਂ ਸੇਫ ਕਰ ਲੋ कल त ने कम है स यह नहीं कि भापेस नहीं भेजे तो फिर चकरा नीड़ो ते ग्राए बिजाब बनाओ ये मैं राजा फैसल जी यह आखसा कि तुसा ने प्रोग्राम चंगा किता है माड़े की बुलाया है कि मैं भी कुछ करना चाहना जितने भी माड़े पाकिस्तानी पूरी दुनिया बच्चे माड़े भाई चुनसन में मैं उन्होंने बास ये प्रोग्राम पर यह आखसा कि अगर माड़ी तरफों ਮਾਰੇ ਇਸ ਪ੍ਰੋਗਰਾਮ ਨੇ ਤਰਫ ਤੁਸਾਂ ਨਾ ਦਿਲ ਦੁਖਿਆ ਤਾਂ ਮੈਂ ਮਾਫੀ ਚਾਹਨਾ ਜੋ ਕੁਝ ਵੀ ਕਰਸੋ ਆਪਣੀ ਮਰਜ਼ੀ ਨਾਲ ਕਰਚੋ ਲੇਕਿਨ ਕੰਨੇ ਚੋਂ ਪਹਿਲੇ ਇਤਨਾ ਜ਼ਰੂਰ ਸੋਚੀ ਕਿ ਨਾ ਕਿ ਕਿਚਨੀ ਜ਼ਿੰਦਗੀ ਬਰਬਾਦ ਕਲੀਕ ਹੈ ਤਾਂ ਤੁਸਾਂ ਬਾਅਦ ਇਹ ਪੁੱਛ ਰਹੇ ਸੋ ਕਿ ਕਦੇ ਵੀ ਨਹੀਂ ਹੋਣਾ ਜੀ ਨਜ਼ਰੀਨ ਤੁਸਾਂ ਕੀ ਸਾੜਾ ਪ੍ਰੋਗਰਾਮ ਹੋਰ ਸੁਣਾਓ ਸਾੜੇ ਕੀ ਯਕੀਨ ਹੈ ਚੰਗਾ ਲਗਾਓ ਸੀ ਤਾਂ ਅਗਰ ਕੋਈ ਸਾਨੀ ਕੋਈ ਦਿਲਜ਼ਾਰੀ ਹੋਈ ਸਾੜਾ ਮਕਸਦ ਦਿਲਜ਼ਾਰੀ ਕਰਨਾ ਨਹੀਂ ਚਾਹਤਾ ਸਾ ਉਸ ਮਾਰੇ ਮਾਫਰ ਜਾਣਿਆ ਤਾਂ ਮਜ਼ੀਦ ਅਸਾਂ ਤੁਸਾਂ ਮਾਰਿਆ ਹੋਰ ਸੁਣਾਉਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਡੇ ਪ੍ਰੋਗਰਾਮ ਵਿੱਚ ਮੁਖਤਲਿਫ ਜਿਹੜੇ ਮਹਿਮਾਨ ਨੇ ਉਹ ਵੀ ਸੰਭਾਲਿਆ ਕਰਸਾਂ ਤੇ ਤੁਸਾਂ ਦੀਆਂ ਜਿਹੜੀਆਂ ਗੱਪਾਂਆਂ ਉਹ ਤੁਸਾਂ ਦੀ ਤੁਸਾਂ ਦੀ ਜ਼ੁਬਾਨੀ ਕੋਸ਼ਿਸ਼ ਕਰਿਆ ਕਰਸਾਂ ਸੁਣਾਣੇ ਨਹੀਂ ਤਾਂ ਕਿ ਤੁਸਾਂ ਕੀ ਸਮਝ ਵੀ ਲੱਗਣ ਤੇ ਤੁਸਾਂ ਨੇ ਜਿਹੜੇ ਮਸਲੇ ਮਸਾਇਲੇ ਅਸਾਂ ਉਹ ਵੀ ਡਿਸਕਸ ਕਰਿਆ ਕਰਸਾਂ ਤੇ ਅਸਨੇ ਰਿਆ ਕਰਸਾਂ ਤੁਸਾਂ ਸਾਡੇ ਕੀ ਤਕਣੇ ਰਹਿ ਸੋ ਤੁਸਾਂ ਅਸਨੇ ਰਹਿ ਸਾਂ ਖੁਸ਼ ਰਹੋ ਬਾਦ ਰਹੋ ਪਾਕਿਸਤਾਨ ਜ਼ਿੰਦਾਬਾਦ ਜੈ ਸਾਹਿਬ